Swami Narayan,
Thank you.
ਸਾਡੇ ਮਹਾਨ ਵਿਦਵਾਨ ਆਪਣੀਆਂ ਨੂੰ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਰਾਹੀਂ ਬਾਣੀ ਦੇ ਕਥਾ ਦਾ ਅਨੰਦ ਕੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ
ਜਦੋਂ ਵੱਧਦਿਆਂ ਵਧਿਆ ਦੀ ਉਮਰ ਇਸ ਧਰਤੀ ਤੇ ਗੁਜ਼ਾਰ ਕੇ ਸਰੀਰ ਕਰਕੇ ਮਹਾਰਾਜ ਸੰਸਾਰ ਨੂੰ ਜਾਣ ਲੱਗੇ ਤੇ ਜਾਣ ਲੱਗੇ ਸਾਨੂੰ ਇੱਕ ਮਰਿਆਦਾ ਦੇ ਰਹੇ। ਉਦੋਂ ਮਹਾਰਾਜ ਨੇ ਆਪਣੇ ਪੁੱਤਰ ਭਤੀਜੇ ਪਰਿਵਾਰ ਧੀਆਂ ਸਭ ਸੱਦ ਕੇ ਸੰਗਤੀ ਰੂਪ ਨੇ ਜਿਹੜਾ ਹੁਕਮ ਕੀਤਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਦਰਜ ਹੈ ਔਰ ਸਿੱਖਾਂ ਵਾਸਤੇ ਉਹ ਚੀਜ਼ ਮਰਿਆਦਾ ਬਣ ਗਈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਅਤੇ ਸਿੱਖਾਂ ਨੂੰ ਸੰਗਤੀ ਰੂਪ ਵਿੱਚ ਕੋਲ ਬੁਲਾਇਆ। ਸਰੀਰ ਛੱਡਣ ਤੋਂ ਪਹਿਲਾਂ ਜਿਹੜੇ ਵਚਨ ਕਹੇ ਉਹ ਵਸੀਅਤ ਨਾਮੇ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦਰਜ ਨੇ। ਮਹਾਰਾਜ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ਰਾਮਕਲੀ ਸਾਧਨ ਦਾ ਉਹ ਵਚਨ ਲਿਖੇ ਜਿੱਥੇ ਮਹਾਰਾਜ ਨੇ ਕਿਹਾ ਸਤਿਗੁਰ ਭਾਵੇਂ ਆਪਣੇ ਕਹਿ ਪਰਿਵਾਰ ਸਦਾਇਆ, ਆਪਣਾ ਪਰਿਵਾਰ ਸਦਿਆ ਮਹਾਰਾਜ ਤੇ ਪੂਰੇ ਪਰਿਵਾਰ ਨੂੰ ਸੱਚ ਕੇ ਕਿਹਾ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਸਾਡੇ ਸਰੀਰ ਕਰਕੇ ਜਾਣ ਤੋਂ ਬਾਅਦ ਹੁਣ ਰੋਇਓ ਨਾ। ਪਰਿਵਾਰ ਵਾਲਿਆਂ ਨੇ ਕਿਹਾ ਜੀ ਸਾਰੀ ਦੁਨੀਆਂ ਰੋਂਦੀ ਹੈ, ਮਹਾਰਾਜ ਰੋਣਾ ਕਿਉਂ ਨਹੀਂ? ਤੇ ਜੇ ਤੁਹਾਡੇ ਸਰੀਰ ਛੱਡਣ ਤੋਂ ਬਾਅਦ ਕਾਲ ਚਲਾਣੇ ਤੋਂ ਬਾਅਦ ਅਸੀਂ ਰੋਣਾ ਨਹੀਂ ਤੇ ਕਰਨਾ ਕੀ? ਮਹਾਰਾਜ ਉਹ ਦੱਸਦੇ ਹਜ਼ੂਰ ਨੇ ਜੋ ਹੁਕਮਨਾਮਾ ਕੀਤਾ ਉਹ ਵਸੀਅਤ ਨਾਮੇ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ ਔਰ ਸਿੱਖ ਉਸ ਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ ਨੂੰ ਉਸ ਮੁਤਾਬਕ ਅੱਜ ਵੀ ਮਰਿਆਦਾ ਕਰਦੇ। ਤਾਂ ਹਜ਼ੂਰ ਨੇ ਕਿਹਾ ਅੰਤੇ ਸਤਿਗੁਰ ਬੋਲਿਆ। ਫਿਰ ਮਹਾਰਾਜ ਨੇ ਦੱਸਿਆ ਕਰਨਾ ਕੀ? ਸਤਿਗੁਰ ਭਾਣੇ ਆਪਣੇ ਧਰਤੀ ਉੱਤੇ ਕੋਈ ਚੀਜ਼ ਪਵਿੱਤਰ ਹੈ, ਕੋਈ ਜਗ੍ਹਾ, ਕੋਈ ਅਸਮਾਨ ਬਹੁਤ ਪਵਿੱਤਰ ਹੈ ਤਾਂ ਉਹ
ਜਾ ਕੇ ਕੋਈ ਵੀ ਮੈਲਾ ਫੁਰਨਾ ਨਹੀਂ ਲੱਭਦੇ, ਕੋਈ ਪਹਿਲੀ ਵਿਚਾਰ ਨਹੀਂ ਆਉਂਦੀ। ਕੁਝ ਮਿੰਟਾਂ ਵਾਸਤੇ ਸ਼ਮਸ਼ਾਨ ਘਰ ਵਿੱਚ ਬਹਿ ਵਿਰੋਧ ਈਰਖਾ ਦੁਵੇਸ਼ ਮਿਟ ਜਾਂਦਾ ਹੈ, ਕੁਝ ਸਮੇਂ ਵਾਸਤੇ ਸ਼ਮਸ਼ਾਨ ਘਰ ਵਿੱਚ ਮੈਲੇ ਫੁਰਨੇ ਬੰਦ ਹੋ ਜਾਂਦੇ ਨੇ। ਇਸ ਲਈ ਉਹ ਧਰਤੀ ਬਹੁਤ ਪਵਿੱਤਰ ਹੈ। ਸ਼ਮਸ਼ਾਨ ਘਾਟ ਵਿੱਚ ਕਈ ਵਾਰ ਸੁਲਾ ਪੜਿਆ ਜਾਂਦਾ ਹੈ, ਸ਼ਮਸ਼ਾਨ ਘਾਟ ਵਿੱਚ ਕਈ ਵਾਰ ਜਪਜੀ ਸਾਹਿਬ ਕੀਤਾ ਜਾਂਦਾ ਹੈ। ਉੱਥੇ ਬਿਲਕੁਲ ਫੁਰਨਿਆਂ ਤੋਂ ਰਹਿ ਸਰੀਰ ਖੜੇ ਹੁੰਦੇ ਨੇ, ਕਿਉਂਕਿ ਜਦੋਂ ਦੂਜੇ ਦੀ ਮੌਤ ਦੇਖਦਾ ਬੰਦਾ ਉਦੋਂ ਆਪਣੀ ਮੌਤ ਚੇਤੇ ਨੂੰ, ਔਰ ਜਦੋਂ ਆਪਣੀ ਮੌਤ ਚੇਤੇ ਆਵੇ ਉਦੋਂ ਮਨ ਵਿੱਚ ਇੱਕੋ ਹੀ ਫੁਰਨਾ ਆਉਂਦਾ, ਇੱਕੋ ਹੀ ਵਿਚਾਰ ਆਉਂਦੀ ਹੈ ਸਿਰਫ ਪਰਮਾਤਮਾ ਦੇ ਨਾਮ ਦੀ। ਜਿਹਨੂੰ ਆਪਣੀ ਮੌਤ ਚੇਤੇ ਆਵੇ ਪਹਿਲਾਂ ਸ਼ਬਦ ਦੀ ਜ਼ਬਾਨ ਤੋਂ ਨਿਕਲਦਾ ਸਤਨਾਮ ਸ੍ਰੀ ਵਾਹਿਗੁਰੂ। ਕਈ ਵਾਰ ਜੋ ਗੁਰੂ ਨੇ ਦੱਸੀ ਸਿੱਖਾ ਇਸ ਧਰਤੀ ਉੱਤੇ ਇੱਕੋ ਹੀ ਇੱਕ ਤਰੀਕਾ ਹੈ, ਇਹਨਾਂ ਪਦਾਰਥ ਦੇ ਵਿੱਚੋਂ ਇਸ ਸੰਸਾਰ ਦੇ ਵਿੱਚੋਂ ਜੇ ਤੂੰ ਦੁੱਖਾਂ ਭਰੇ ਸੰਸਾਰ ਵਿੱਚੋਂ ਸੁਖੀ ਨਿਕਲਣਾ ਚਾਹੁੰਦਾ ਆਪਣੀ ਮੌਤ ਚੇਤੇ ਕਰਿਆ ਕਰ, ਤੈਨੂੰ ਨਾਮ ਚੇਤੇ ਆ, ਕਿਉਂਕਿ ਜਿਹਨੂੰ ਮਰਨਾ ਯਾਦ ਆਉਂਦਾ ਉਹਦੇ ਅੰਦਰ ਮਾੜੇ ਫੁਰਨੇ ਮਰਨੇ ਬੰਦ ਹੋ ਜਾਂਦੇ। ਜਿਹਨੂੰ ਆਪਣੀ ਮੌਤ ਚੇਤੇ ਆਵੇ ਉਹ ਬੇਈਮਾਨੀ ਛੱਡ ਦਿੰਦਾ, ਜਿਹਨੂੰ ਮੌਤ ਚੇਤੇ ਆਉਂਦਾ ਉਸ ਵਕਤ ਮੈਲੀ ਵਿਚਾਰ ਪੈਦਾ ਨਹੀਂ ਹੁੰਦੀ, ਜਿਹਨੂੰ ਮਰਨਾ ਚੇਤੇ ਹੋਵੇ ਉਹ ਕਿਸੇ ਨਾਲ ਧੋਖਾ ਤੇ ਬੇਈਮਾਨੀ ਨਹੀਂ ਕਰਦਾ। ਇਹੋ ਗੱਲ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਬਾਹਰ ਰੱਖ ਗਈ। ਜੇ ਨਾਮ ਸਿਮਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਭ ਤੋਂ ਵੱਧ ਬਾਣੀ ਰਚੀ ਗਈ ਤੇ ਮੌਤ ਉੱਤੇ ਰਚੀ, ਤਦ ਮਨੁੱਖੀ ਮਨ ਨੂੰ ਸਮਝ ਆਉਂਦਾ ਹੈ ਕਿ ਸਦਨਾ ਮਰਨਾ ਆਇਆ ਆਇਆ ਦੇ ਤਰਫ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਕੀਤੇ ਨੇ ਜ਼ਰੂਰੀ। ਹਜ਼ੂਰ ਨੇ ਕਿਹਾ ਮੌਤ ਇਸ ਧਰਤੀ ਤੇ ਬਹੁਤ ਲਾਜ਼ਮੀ ਹੈ, ਮੌਤ ਇਸ ਧਰਤੀ ਤੇ ਹੋਣੀ ਚਾਹੀਦੀ ਹੈ, ਜੇ ਮੌਤ ਨਾ ਹੋਵੇ ਤਾਂ ਪੂਰੀ ਦੁਨੀਆ ਨਰਕ ਬਣ ਜਾਏ। ਦੇਖੋ ਕਿੰਨੀ ਵੱਡੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਗੱਲ ਕਹੀ, ਜੇ ਮੌਤ ਨਾ ਬਣੇ ਤੇ ਪੂਰੀ ਦੁਨੀਆ ਨਰਕ ਬਣ ਜਾਏ। ਇੱਕ ਘਰ ਵਿੱਚ ਇੱਕ ਬਜ਼ੁਰਗ ਕੋਈ ਮੰਜੇ ਤੇ ਪਿਆ ਹੋਵੇ ਤੇ ਚੌਹਾਂ ਪੁੱਤਰਾਂ ਚੌਹਾਂ ਨੌਵਾਂ ਤੋਂ ਸਾਹਮਣਾ ਔਖਾ ਹੋ ਜਾਂਦਾ, ਮੰਨ ਕੇ ਚੱਲੋ ਜੇ ਕਿਸੇ ਦੀ ਕਦੇ ਮੌਤ ਹੀ ਨਾ ਹੋਵੇ ਤੇ ਬਜ਼ੁਰਗਾਂ ਦੇ ਮੰਜਿਆਂ ਦੇ ਮੰਜਿਆਂ ਦੇ ਢੇਰ ਬਿਮਾਰੀਆਂ ਦੇ ਪੈ ਪਾਉਣਗੇ, ਇਹ ਦੁਨੀਆ ਨਰਕ ਬਣ ਜਾਏਗੀ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਜ਼ਰੂਰੀ ਹੈ ਮੌਤ ਵੀ, ਕਿ ਜਿੱਥੋਂ ਮੌਤ ਦਾ ਭੈ ਖਤਮ ਹੋ ਜਾਏ, ਮੌਤ ਦਾ ਬਿਲਕੁਲ ਡਰ ਖਤਮ ਹੋ ਜਾਏਗਾ, ਪਰ ਉਹਦੇ ਵਾਸਤੇ ਪਹਿਲਾਂ ਬੁੱਝਣਾ ਪੈਂਦਾ। ਇਸ ਲਈ ਮਹਾਰਾਜ ਨੇ 24 ਘੰਟੇ ਸਿੱਖ ਨੂੰ ਇੱਕ ਚੀਜ਼ ਜਿੱਤੇ ਕਰਨ ਵਾਸਤੇ ਕਿਹਾ, ਮੌਤ ਯਾਦ ਰੱਖੀ ਤੈਨੂੰ ਰੱਬ ਦਾ ਨਾਮ ਕਦੇ ਵੀ ਭੁੱਲੇਗਾ, ਇਹਨੂੰ ਮਰਨਾ ਧਰਤੀ ਤੋਂ ਜਾਣਾ ਵੀ ਸਫਲ ਇਹਨੂੰ ਜਦੋਂ ਗਿਆਨ ਨਹੀਂ। ਕੈਸਾ ਮਰਨਾ ਹੋਏ ਇਸ ਧਰਤੀ ਉੱਤੇ ਕਿਤੇ ਕਈ ਕਰੋੜਾਂ ਤੋਂ ਬਾਅਦ ਇੱਕ ਬੰਦਾ ਐਸਾ ਪੈਦਾ ਹੁੰਦਾ ਜਿਹਨੂੰ ਧਰਤੀ ਦੀਆਂ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਔਰ ਬਹੁਤ ਤਸੱਲੀ ਬਖਸ਼ ਅਮੀਰ ਹੋ ਜਾਂਦਾ, ਪਰ ਕਿਉਂ ਦੇ ਮਨ ਵਿੱਚ ਹੁੰਦਾ ਹੁਣ ਕਿਸੇ ਚੀਜ਼ ਦੀ ਲੋੜ ਨਹੀਂ। ਮਹਾਰਾਜ ਨੇ ਕਿਹਾ ਤੂੰ ਉਹਨਾਂ ਕਰੋੜਾਂ ਤੋਂ ਬਾਅਦ ਇੱਕ ਆਉਣ ਵਾਲੇ ਬੰਦੇ ਵਿੱਚ ਤੇ ਨਹੀਂ ਹੋ ਸਕਦਾ, ਪਰ ਯਾਦ ਰੱਖੀ ਤੈਨੂੰ ਉਹਨਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਿੱਟੀ ਦੀਆਂ ਨਹੀਂ ਸਨ ਸੋਨੇ ਦੀਆਂ ਬਣੀਆਂ ਸਨ, ਜਿਹੜੇ ਘਰ ਵਿੱਚ ਰਹਿੰਦੇ ਸੀ ਕੰਧਾਂ ਸੋਨੇ ਦੀਆਂ ਸਨ, ਜਿਹਨਾਂ ਥਾਲਾਂ ਵਿੱਚ ਪ੍ਰਸ਼ਾਦਾ ਖਾਂਦੇ ਸੀ ਉਹ ਥਾਲੀ ਨਹੀਂ ਪਾ ਸਕੇ, ਮੌਤ ਨੇ ਉਹਨਾਂ ਨੂੰ ਵੀ ਜਿੱਤ ਲਿਆ। ਉਹਨਾਂ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਅੰਤ ਤੋਂ ਨਾਵੇ ਹੀ ਪਾਏ ਨਾਵੇ, ਉਹਨਾਂ ਜਾਣ ਲੱਗੇ ਕਿਹਾ ਜੀ ਪਹਿਲੇ ਅਮੀਰ ਬੰਦੇ ਕਹਿਣ ਲੱਗੇ ਜੋੜਾ ਤੇ ਪਾ ਲਈਏ, ਮੌਤ ਨੇ ਕਿਹਾ ਹਾਂ ਸੋਨੇ ਵਿੱਚ ਰਹਿਣ ਵਾਲੇ ਹੋ, ਜੋੜਾ ਪਾਉਣ ਦਾ ਸਮਾਂ ਵੀ ਮੌਤ ਨਹੀਂ ਦਿੰਦੀ। ਅੰਤ ਉਹਦਾ ਨਾਮ ਹਾਇਆ ਰਾਜਾ ਜਨਮੇਜਾ, ਉਹਨੇ ਮੌਤ ਬਾਰੇ ਪਤਾ ਕਰਵਾ ਲਿਆ ਕਿ ਮੇਰੀ ਮੌਤ ਕਦੋਂ ਹੋਣੀ ਤੇ ਕਿਵੇਂ ਹੋਣੀ। ਨਰਸੁੰਗੀ ਨੇ ਕਿਹਾ ਮੈਂ ਦੱਸ ਦਿੰਦਾ, ਪਰ ਰਾਜਾ ਜਨਮੇਜਾ ਮੈਨੂੰ ਇਲਾਜ ਦੱਸ ਕੇ ਨਾ ਗਈ। ਉਹਨੇ ਕਿਹਾ ਮੈਂ ਇਲਾਜ ਤੇਰੇ ਤੋਂ ਨਹੀਂ ਕਰਵਾਵਾਂਗਾ, ਤੂੰ ਮੈਨੂੰ ਮੌਤ ਦੱਸ ਮੈਂ ਪ੍ਰਬੰਧ ਕਰਾਂਗਾ। ਤਾਂ 20 ਵਰੇ ਪਹਿਲਾਂ ਉਹਨੇ ਦੱਸ ਦਿੱਤਾ, ਪਰ ਉਹ ਕਹਾਣੀ ਉਹਦੀ ਜ਼ਿੰਦਗੀ ਵਿੱਚ ਪਤਾ ਵੀ ਸੀ ਕਾਰਨ ਦਾ, ਤਾਂ ਵੀ ਉਹਦੇ ਕੋਲੋਂ ਪਾਪ ਹੋਇਆ ਤੇ ਧਰਤੀ ਤੇ ਫਿਰ ਵੀ ਮੌਤ ਹੋਈ, ਪ੍ਰਬੰਧ ਕਰਨ ਦੇ ਬਾਵਜੂਦ ਵੀ ਬਚ ਨਹੀਂ ਸਕੀ। ਇਹ ਗੱਲਾਂ ਕਿਉਂ ਮਹਾਰਾਜ ਨੇ ਸਮਝਾਈਆਂ?
ਕਿਉਂਕਿ ਸੁਣਨ ਵਾਲੇ ਦੇ ਅੰਦਰੋਂ ਮਤ ਤੋਂ ਪੜਦਾ ਉਤਰ ਜਾਏ। ਮੈਂ ਆਪਣੀ ਸਰੀਰ ਦੀ ਵਿਵਸਥਾ ਦਾ ਪ੍ਰਬੰਧ ਕਰ ਸਕਦਾ, ਖਾਣ ਪੀਣ ਦਾ, ਕਿਸੇ ਰੋਗ ਦਾ ਪ੍ਰਬੰਧ ਹੋ ਸਕਦਾ ਹੈ, ਪਰ ਮੌਤ ਦਾ ਕੋਈ ਪ੍ਰਬੰਧ ਨਹੀਂ। ਜਦੋਂ ਬੰਦਾ ਮੌਤ ਜੇਤੇ ਰੱਖਦਾ ਇਹਨੂੰ ਇੱਕਦਮ ਰੱਬ ਵਾਹਿਗੁਰੂ ਜੀ ਦਾ ਨਾਮ ਜੇਤੇ। ਗੁਰੂ ਅਰਜਨ ਦੇਵ ਮਹਾਰਾਜ ਨੇ ਦੋ ਸਲੋਕ ਇਕੱਠੇ ਕਹੇ ਨੇ ਸਲੋਕ ਸਹਿ ਸਿਰਦੀ ਵਿੱਚ। ਇੱਕ ਥਾਂ ਤੇ ਕਿਹਾ ਜਦੋਂ ਕੋਈ ਮੌਤ ਦਾ ਪ੍ਰਬੰਧ ਕਰੇ ਤੇ ਲੱਖ ਯਤਨ ਕਰ ਤੇ ਦੁਨੀਆਂ ਦੀ ਸਾਰੀ ਤਾਕਤ ਨੂੰ ਮਾਰਨ ਵਾਸਤੇ ਇਕੱਠੀ ਹੋ ਜਾਏ, ਜਿਹਨੂੰ ਰੱਬ ਰੱਖਣਾ ਚਾਹੁੰਦਾ ਹੈ ਉਹ ਵੀ ਹੈ ਸਰਵ ਕਲਾ ਸਮਰੱਥ ਤੇ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਪਹਿਲਾ ਸਲੋਕ ਕਿਹਾ ਬਹੁਤ ਯਤਨ ਕਰਤਾ ਬਲਵੰਤ ਪ੍ਰਾਣੀ। ਬਾਲਿਸ਼ ਦੀ ਰਾਜੇ ਨੇ ਯਤਨ ਕੀਤਾ, ਮੈਂ ਵੀ ਮਰਾਂਗਾ, ਮੈਂ ਪ੍ਰਬੰਧ ਕਰਾਂਗਾ। ਤੇ ਉਹਦੇ ਨਿਯੋਗੀ ਨੇ ਕਿਹਾ ਸੀ ਤੇਰੇ ਤੇ ਜ਼ਹਿਰ ਵਾਲੀ ਕੋਈ ਚੀਜ਼ ਲੱਗਦੀ ਨਾ ਉਹਦੇ ਨਾਲ ਮੌਤ ਹੋਣੀ। ਉਹਨੇ ਕਿਹਾ ਮੈਂ ਪ੍ਰਬੰਧ ਕਰ ਦਾਂਗਾ। ਉਹਨੇ ਕੰਨਾਂ ਪੱਥਰ ਦੀਆਂ ਬਣਵਾ ਲਈਆਂ, ਨਾ ਕੋਈ ਵੀ ਸੀਟਾਂ ਲਵਾ ਦਿੱਤੀਆਂ, ਨਾ ਕੋਈ ਕੀੜਾ ਕੰਡਾ ਵਿੱਚੋਂ ਨਿਕਲੇ, ਨਾ ਕੋਈ ਲੜੇ ਤੇ ਨਾ ਮੈਂ ਮਰਾਂ, ਮੈਂ ਬਾਹਰ ਹੀ ਨਹੀਂ ਨਿਕਲਾਂਗਾ, ਮਰਾਂ ਕਰ ਦਿੰਦੇ। ਪੂਰਾ ਪ੍ਰਬੰਧ ਹੋ ਗਿਆ। ਉਹ ਦਿਨ ਜਦੋਂ ਮੌਤ ਦਾ ਆਇਆ ਬਾਦਸ਼ਾਹ ਬਣ ਗਏ, ਹੁਣ ਵੀ ਮਰੋਗੇ, ਰਾਤ ਲੰਘ ਗਈ ਤੁਹਾਡੇ ਕੁਝ ਲੜਿਆ ਹੀ ਨਹੀਂ, ਤੇ ਜਦੋਂ ਜ਼ਹਿਰ ਵਾਲੀ ਚੀਜ਼ ਦੀ ਲੜੀ ਤੇ ਮੌਤ ਕਿਤੋਂ ਹੋਏਗੀ। ਰਾਜਾ ਖੁਸ਼ ਹੋਇਆ, ਫੁੱਲਾਂ ਦਾ ਗੁਲਦਸਤਾ ਭੇਟ ਕੀਤਾ, ਇਹਨੇ ਤਾਜ਼ੇ ਫੁੱਲ ਉਹਦੇ ਵਿੱਚੋਂ ਨਿਕਲਣ ਦੀ ਸੁਗੰਧੀ ਸੁੰਘਣ ਲਈ ਰਾਜੇ ਨੇ ਇੱਕ ਫੁੱਲ ਆਪਣੇ ਨੱਕ ਦੇ ਨਜ਼ਦੀਕ ਕੀਤਾ। ਇਹਨੂੰ ਨਹੀਂ ਸੀ ਪਤਾ ਉਸੇ ਫੁੱਲ ਵਿੱਚ ਇੱਕ ਨਿਕਲਾ ਜਿਹਾ ਕੀੜਾ ਜਿਹਨੂੰ ਦਸ਼ਕ ਨਾਲ ਕਹਿੰਦੇ ਨੇ ਇੱਕਦਮ ਨੱਕ ਤੇ ਲੜਿਆ। ਇਸ ਤੋਂ ਪਹਿਲਾਂ ਕਿ ਰਾਜੇ ਦਾ ਕੋਈ ਇਲਾਜ ਦਾ ਪ੍ਰਬੰਧ ਹੋਵੇ ਉਹਦੀ ਮੌਤ ਤੋਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਇੰਨੇ ਬਲਸ਼ਾਲੀ ਬੰਦੇ ਨਹੀਂ ਰਹੇ, ਇਸ ਲਈ ਮੈਂ ਇਨਸਾਨ ਕਦੇ ਵੀ ਇਸ ਮੌਤ ਦੇ ਸਾਹਮਣੇ ਅਹੰਕਾਰ ਨਾ ਕਰੀ। ਮੌਤ ਜਿੱਤੇ ਰੱਖੀ ਤੈਨੂੰ ਨਿਰੰਕਾਰ ਜਿੱਤੇ ਆਏਗਾ, ਇਹ ਗੁਰਮਤ ਦੀ ਵਿਚਾਰ ਹੈ। ਬਹੁਤ ਯਤਨ ਕਰਤਾ ਬਲਵੰਤ ਪਾਲੀ ਸੇ ਬੰਦ ਸੂਰਾ ਚਤਰ ਵਿਸੈ। ਜਦੋਂ ਰੱਬ ਦਾ ਹੁਕਮ ਹੋ ਜਾਏ ਫਿਰ ਮਹਾਰਾਜ ਨੇ ਕਿਹਾ ਨਾਨਕ ਕੀਤੀ ਸਾਸ ਕਰਤਵ। ਨਿੱਕਾ ਜਿਹਾ ਕੀੜਾ ਵੀ ਬੰਦੇ ਦੀ ਮੌਤ ਦਾ ਕਾਰਨ ਬਣ ਜਾਂਦਾ, ਜਵਾਬ ਹੁੰਦਾ ਨਹੀਂ। ਮਰਗੀ ਬਖੰਤ ਬਤਕ ਪ੍ਰਾਰੇਣ, ਬਤਕ ਕਹਿੰਦੇ ਸ਼ਿਕਾਰੀ ਨੂੰ, ਮਰਗ ਕਹਿੰਦੇ ਹਿਰਨ ਨੂੰ। ਲਖੇ ਆਪ ਲੈ ਆਹੋ ਜਸੈ ਰਖੇਣ ਗੋਪਾ। ਵਾਹਿਗੁਰੂ ਜੀ ਦੇ ਹੁਕਮ ਦੀ ਸੱਚਾਈ ਹੈ। ਇਹਦਾ ਮਤਲਬ ਦੋ ਚੀਜ਼ਾਂ ਨੇ ਆਪਣੇ ਹੱਥ ਚ ਡਾਇਰੈਕਟ ਰੱਖੀਆਂ ਨੇ, ਜੋਰ ਨਾ ਜੀਵਨ, ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸ਼ੋਰ, ਨਾ ਜਨਮ ਤੇ ਕਿਸੇ ਦਾ ਜੋਰ ਹੈ, ਨਾ ਮੌਤ ਤੇ ਕਿਸੇ ਦਾ ਜੋਰ ਦੀ ਚੱਲਦਾ, ਸਰੀਰ ਦਾ ਜੋਰ ਦੀ ਚੱਲਦਾ, ਹੋਰ ਵੀ ਬੜੀ ਤਾਕਤ ਚੱਲਦੀ, ਪਰ ਮਹਾਰਾਜ ਕਹਿੰਦੇ ਦੋ ਚੀਜ਼ਾਂ ਤੇ ਤੇਰਾ ਜੋਰ ਨਹੀਂ, ਨਾ ਜਨ। ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਹ ਗੁਰਮਤ ਦਾ ਫਲਸਫਾ ਇਸ ਧਰਤੀ ਦੇ ਲੋਕਾਂ ਨੂੰ ਦਿੱਤਾ। ਇਹ ਬਾਣੀ ਇਕੱਲੇ ਸਿੱਖਾਂ ਵਾਸਤੇ ਨਹੀਂ, ਪੂਰੀ ਦੁਨੀਆਂ ਦੇ ਕੰਮ ਆਉਣ ਵਾਲੀ ਹੈ। ਜਿਹੜਾ ਵੀ ਬੰਦਾ ਬਾਣੀ ਦੀ ਸੱਚਾਈ ਨੂੰ ਸਮਝੇਗਾ, ਉਹ ਹਿੰਦੂ ਹੋਵੇ, ਜੈਨੀ ਹੋਵੇ, ਬੋਧੀ ਹੋਵੇ, ਈਸਾਈ ਹੋਵੇ, ਮਸਾਈ ਹੋਵੇ, ਪਾਰਸੀ ਹੋਵੇ, ਇਹ ਬਾਣੀ ਉਹਨੂੰ ਰੱਬ ਦੇ ਘਰ ਦੀ ਗੱਲ ਸਮਝਦਾ, ਕਿਉਂਕਿ ਇਕੱਲਾ ਸਿੱਖਾਂ ਵਾਸਤੇ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋ ਰਹੇ ਨੀਰੇ। ਦੋਏ ਚੀਜ਼ਾਂ ਇੱਕੋ ਚੀਜ਼ ਨਾਲ ਜੁੜੀਆਂ ਨੇ। ਜਿਵੇਂ ਕਿਸੇ ਮਨੁੱਖ ਨੂੰ ਸਰੀਰਕ ਰੋਗ ਹੋਵੇ, ਚੰਗੀਆਂ ਨਹੀਂ ਹੋ ਸਕਦੀਆਂ। ਕੋਈ ਬੰਦਾ ਕਹੇ ਜੀ ਮੈਂ ਤੰਦਰੁਸਤ ਵੀ ਹਾਂ ਤੇ ਰੋਗੀ ਵੀ, ਇਹ ਨਹੀਂ ਹੋ ਸਕਦਾ। ਜਿਵੇਂ ਸੂਰਜ ਚੜਿਆ ਤੇ ਰਾਤ ਖਤਮ ਹੋ ਗਈ, ਸੂਰਜ ਡੁੱਬ ਗਿਆ ਤੇ ਰਾਤ ਸ਼ੁਰੂ ਹੋ ਗਈ, ਦੋਵੇਂ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ ਨੇ। ਸੰਤ ਸੰਧਿਆ ਦੀ ਇੰਨਾ ਸੰਸਾਰ ਸੱਜ ਵੀ ਹੈ ਤੇ ਝੂਠ। ਜੇ ਤੈਨੂੰ ਚੇਤੇ ਹੈ ਕਿ ਇਹਦੇ ਵਿੱਚ ਸੱਚੇ ਰੱਬ ਦਾ ਵਸ ਹੈ ਤਾਂ ਜਗ ਤੇਰੇ ਵਾਸਤੇ ਸੱਚ ਹੈ। ਜੇ ਤੈਨੂੰ ਇਹਦੇ ਵਿੱਚੋਂ ਰੱਬ ਦੀ ਯਾਦ ਭੁੱਲ ਗਈ, ਬਿਲਕੁਲ ਝੂਠ, ਇਹ ਕਿਸੇ ਵੀ ਕੰਮ ਨਹੀਂ ਆਉਂਦਾ। ਜਗ ਰਚਨਾ ਸਭ ਝੂਠ ਹੈ, ਜੇ ਤੈਨੂੰ ਰੱਬ ਦੀ ਯਾਦ ਹੈ ਸੰਸਾਰ ਵਿੱਚ ਰਹਿੰਦਿਆਂ ਤਾਂ ਇਹ ਸਭ ਕੁਝ ਰਾਜ ਭਾਗ ਸੋਨਾ ਪੈਸਾ ਪਦਾਰਥ ਸੱਚ ਹੈ। ਤੇ ਜੇ ਰੱਬ ਦੀ ਯਾਦ ਵਿਸਰ ਗਈ ਫਿਰ ਗੁਰਸਬ ਸੰਸਾਰ ਕੂਲ ਮੰਡਲ ਕੂਲ ਨੀਯਮ ਹਬ ਹੋਏ ਕਾਰ। ਇੱਥੇ ਮਹਾਰਾਜ ਨੇ ਕਿਹਾ ਕਿਸ ਨਾਲ ਕੀਜੈ ਦੋਸਤੀ ਸਭ ਜਗ ਚੱਲਣ ਹਾਰ। ਸੱਚਾਈ ਹੈ ਸਭ ਕੁਝ ਕੂੜ ਹੈ, ਪਰ ਜੇ ਤੈਨੂੰ ਇਹਦੇ ਪੈਦੋ ਕੋ ਮਾਂ ਵਾਲਾ ਰਿਸ਼ਤਾ ਹੈ, ਬਸ ਉਹਦੇ ਵਿੱਚੋਂ ਸਮਝਣ ਦੀ ਲੋੜ ਹੈ। ਕਿਉਂਕਿ ਮਾਂ ਸਦਾ ਹੀ ਆਪਣੇ ਬੱਚੇ ਦਾ ਪ੍ਰਬੰਧ ਕਰਦੀ ਰਹਿੰਦੀ ਹੈ, ਸੁੱਖ ਵਾਸਤੇ ਅੰਦਰੋਂ ਦਇਆ ਭਰ ਕੇ
अपने बच्चे का भला मंगेगी भावे पुत कोल रवे ना रवे पर मां का अंदर ओदे वास्ते सदा ही सुख का प्रबंध करता रहता है। इस धरती उत्ते रब ने एक रिश्ता अपने तो बाद पैदा किया है उस सीधा डायरेक्ट मां का रिश्ता पुत तो बगैर कोई भी नहीं हो सकता जिवें रब तो बगैर कोई भी धरती ते पैदा होता एदां मां तो बगैर भी किसी का रिश्ता हुण सुणियो इन्हां रिश्तियां का लाभ की है गुरु ग्रंथ साहिब महाराज जी ने सानू रिश्तियां दे विच वी सच्चाई समझाई है। एक दिन हर बंदे को दुनिया छड के जाना पैणा आपां जिथे बैठे ना हजारां दी गिणती कोई बंदा दावा कर ही नहीं सकदा कि मैं नहीं मरना क्योंकि हर दे सिर ते एक दिन मौत खड़ी है। 2 साल 4 साल 10 साल 20 साल 50 साल हर बंदे नू धरती छड के जाना पएगा पर एक चीज है इस धरती उत्ते जिहड़े रिश्ते ने जदों वो रिश्तियां का स्वर्ग बंदे को समझ आ जाए तो एक गल सच है जिन्ना निक रब नाल रिश्ता बना के बनता है कोई सच का रिश्ता बनिया रहे मां ते पुत्र धीआं दे रिश्ते विच भी होंदे ने। गुरु ग्रंथ साहिब की बाणी पढ़ के देख लो गुरु के रिश्ते की तुलना गुरु ग्रंथ साहिब महाराज ने मां नाल कीती है। सी मैं एक शब्द तुहानू सुनावांगा गुरु अर्जन देव महाराज ने जदों रब नाल गल कीती सिद्धी सिख दी ते रब नाल गल करवाई उदों बिल्कुल मां दे दिल लहजे विच गल की कहिंदे ने ऐ परमात्मा आ जिहड़ा जीव है इह तेरा नाम भुल गया इह कच इकट्ठा करदा है झूठ बोलदा है इहदे कोल बेईमानी विकार ते औगण आ गए ने इहनूं रब दा नाम चेते नहीं रहिंदा अनेकां शिकायतां गुरु ने परमात्मा कोल कीतियां ते शिकायत करन तों बाद अपने लड़के वाल ध्यान दो देखो जी ये झूठ बोलन लग गया ये थोड़े बहुत इनू काम दसो ते विचों पैसे लुकाउंदा है ये झूठ भी बोलता है ये फलाना काम भी करता है। 20 शिकायतां मां अपने घर वाले पति को अपने बच्चे की लाएगी शिकायतां लाण तो बाद एक गल मां जरूर कहेगी अखीर ते जाके जी एक गल सुनियो इनू मारियो ना उदां समझा ये मां दा दिल है इनो तुलना गुरु नाल कीती गुरु ग्रंथ साहिब महाराज ने गुरु सच्चे औगण जानता है और सच्चे औगण जान के सिद्धे रब नूं परवेह करदा है ते नाल विच जामणी भर के कहिंदा रब जी बंदा ते माड़ा है पर इनू सजा ना दिओ इनू उदां समझा। उत्थे गुरु ग्रंथ साहिब महाराज जी ने सोहमणी साहिब विच बचन कहा रतन त्याग कौटी संग रचै ये बंदा गलती कर रतन त्याग कौटी संग रचै साज शोध झूठ संग मचै जो सटना सो अस्थिर कर माने जो होवन सो दूर भरने छोड़ जाए इसका संग करे संग सहाई तिस पर धरे जंगल रेप को तारे धोए गलत प्रीत भस्म संग होए अखीर ते मां वाला रोल अदा करके कहेंगे अंत गोवन पदल बिकरा ਸਾਲ ਦੀ ਉਮਰ ਵਿੱਚ ਮੇਰੇ ਪਿਤਾ ਸ਼ਹੀਦ ਹੋ ਗਏ ਮੈਂ ਭਾਣਾ ਤਾਂ ਵੀ
ਚੇਤੇ ਆ ਗਿਆ ਕਿ ਉਹ ਮਾਂ ਹੈ ਜਿਹੜੀ ਮੇਰੇ ਜਨਮ ਦੀ ਖਾਤਰ ਨੰਗੇ ਪੈਰ ਚੱਲ ਕੇ ਬਾਬਾ ਬੁੱਢਾ ਸਾਹਿਬ ਕੋਲ ਸੇਵਾ ਕਰਨ ਲਈ ਅਰਦਾਸ ਕਰਦਾ। ਇਹ ਉਹ ਮਾਂ ਹੈ, ਜਦੋਂ ਮੈਂ 5 ਸਾਲ ਦਾ ਹੋਇਆ ਇਸ ਮਾਂ ਨੇ ਫਿਕਰ ਕੀਤਾ, ਇੱਕ ਪੰਨਾ ਲੈ ਕੇ ਕਲਮ ਲੈ ਕੇ ਬਾਬੇ ਬੁੱਢੇ ਕੋਲ ਜਾ ਕੇ ਕਿਹਾ, ਬਾਬਾ ਜੀ ਅਰਦਾਸ ਕਰਕੇ ਆਪਣੇ ਹੱਥੀ ਕਲਮ ਕਰ ਦਿਓ, ਅੱਜ ਮੇਰੇ ਪੁੱਤਰ ਨੇ ਪਹਿਲੀ ਵਾਰ ਕੂੜਾ ਲਿਖਣਾ, ਮੇਰੇ ਪੁੱਤਰ ਨੂੰ ਪੜ੍ਹਾਈ ਕਰਨੀ ਆ। ਜਿੱਦਣ ਮੈਂ ਘੋੜ ਸਵਾਰੀ ਸਿੱਖੀ ਇਸ ਮਾਂ ਨੇ ਸਿਰ ਤੇ ਹੱਥ ਰੱਖਿਆ, ਜਿੱਦਣ ਮੇਰਾ ਪਿਤਾ 11 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਿਆ ਮੇਰੀ ਕੰਧ ਤੇ ਮੇਰੀ ਮਾਂ ਨੇ ਹੱਥ ਰੱਖਿਆ, ਹਰ ਪਲ ਮੈਨੂੰ ਅਸੀਸ ਦੇਣ ਵਾਲੀ ਮਾਂ ਅੱਜ ਸਦਾ ਵਾਸਤੇ ਚਲੀ ਗਈ। ਮਾਂ ਦੇ ਕੀਤੇ ਕਰਮ ਚੇਤੇ ਆਏ ਨੇ ਤਾਂ ਅੱਖਾਂ ਬਰਾਤੇ ਜਾਈਆਂ, ਭਾਣੇ ਤੋਂ ਬਾਹਰ ਨਹੀਂ। ਮੈਂ ਕਿਹੜਾ ਪੁੱਤ ਹੈ ਜੀ ਜਿਹੜਾ ਮਾਂ ਦੇ ਮਰਨ ਤੇ ਨਾ ਰੋਵੇ? ਮਾਫ਼ ਕਰਿਓ, ਠੀਕ ਹੈ ਰੋਣ ਰੋਣ ਵਿੱਚ ਗੁਰਮਤ ਨੇ ਅੰਤਰ ਦੱਸਿਆ, ਰੋਸ ਨਹੀਂ ਕਰਨਾ, ਪਰ ਮਾਂ ਪਿਓ ਦੇ ਵਿਛੋੜੇ ਤੇ ਅੱਖਾਂ ਬਰਾਤੇ ਜ਼ਰੂਰ ਆਉਂਦੀਆਂ ਨੇ, ਭਾਵੇਂ ਕਿੰਨਾ ਬਿਰਧ ਹੋ ਕੇ ਮਾਪਾ ਜਾਏ ਤੇ ਕਦੇ ਨਹੀਂ ਕਹਿ ਸਕਦੇ ਜੀ ਬਹੁਤ ਸਿਆਣੇ ਸੀ, ਕੋਈ ਦੁੱਖ ਨਹੀਂ। ਬਾਕੀ ਮਾਂ ਦਾ ਦੇਣ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਇੱਕ ਗੱਲ ਬੜੀ ਪਿਆਰੀ ਲਿਖੀ, ਕਹਿੰਦੇ ਮੈਂ ਸਵਰਗ ਨਹੀਂ ਵੇਖਿਆ ਕਿੱਥੇ, ਨਾ ਕਿਸੇ ਬੰਦੇ ਨੇ ਵੇਖਿਆ, ਪਰ ਉਹ ਕਹਿੰਦੇ ਮੈਨੂੰ ਵਿਸ਼ਵਾਸ ਹੈ ਜਿੱਥੇ ਰੱਬ ਨੇ ਸਵਰਗ ਬਣਾਇਆ ਹੋਣਾ ਉੱਥੇ ਮਾਂ ਦੀ ਮਮਤਾ ਤੋਂ ਵੱਧ ਸੁੱਖ ਨਹੀਂ ਹੋ ਸਕਦਾ। ਜੇ ਕਿਤੇ ਰੱਬ ਨੇ ਸਵਰਗ ਬਣਾਇਆ ਤੇ ਮਾਂ ਕੋਲੋਂ ਉਧਾਰੀ ਮਮਤਾ ਮੰਗੀ ਹੋਏਗੀ ਤਾਂ ਸਵਰਗ ਵਿੱਚ ਸੁੱਖ ਹੋਣਾ, ਨਹੀਂ ਤੇ ਮਾਂ ਦੀ ਗੋਦ ਤੋਂ ਵੱਧ ਸੁੱਖ ਕਿਸੇ ਸਵਰਗ ਵਿੱਚ ਨਹੀਂ ਹੋ ਸਕਦਾ। ਉਹ ਲਿਖਦੇ ਨੇ ਮਾਂ ਦੇ ਹੱਥਾਂ ਦੀ ਸ਼ਾਮਾਂ ਬੂਟਾ ਮੈਨੂੰ ਜਗ ਤੇ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਸ਼ਾਮ ਉਧਾਰੀ ਰੱਬ ਨੇ ਸਵਰਗ ਬਣਾਏ, ਹੋਰ ਦੁਨੀਆਂ ਦੇ ਫੁੱਲ ਫੁੱਲ ਬੂਟੇ ਜੜ ਸੁੱਕਿਆਂ ਸੁੱਕ ਜਾਵਣ, ਇਹ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਦੇਖੋ ਮਾਂ ਦਾ ਸਮਾਨ, ਬਾਕੀ ਮੈਂ ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ, ਭਰਾ ਭਾਵੇਂ ਭਰਜਾਈਆਂ ਲੱਖ ਭੈਣਾਂ ਦਾ ਮਾਣ ਕਰਨ, ਭਾਵੇਂ ਲੱਖ ਪਿਆਰ ਕਰਨ ਭੈਣਾਂ ਨੂੰ, ਇਹ ਨਹੀਂ ਕਿ ਭੈਣਾਂ ਵਾਸਤੇ ਘਰ ਦੇ ਦਰਵਾਜ਼ੇ ਮਾਪਿਆਂ ਤੋਂ ਬਾਅਦ ਬੰਦ ਹੁੰਦੇ ਨੇ, ਨਹੀਂ, ਭਰਾ ਵੀ ਜਾਨ ਛਿੜਦੇ ਨੇ, ਭਰਜਾਈਆਂ ਵੀ ਪਿਆਰ ਕਰਦੀਆਂ ਨੇ, ਪਰ ਇੱਕ ਜ਼ਿੰਦਗੀ ਦੀ ਹਕੀਕਤ ਹੈ ਸੰਸਾਰ ਦੇ ਲੋਕੋ, ਜਿੱਦਣ ਮਾਂ ਚਲੀ ਗਏ ਉਦਣ ਧੀਆਂ ਦਾ ਅਧਿਕਾਰ ਬਹੁਤ ਜ਼ਿਆਦਾ ਖਤਮ ਹੋ ਗਿਆ। ਮਾਂ ਜਿਉਂਦੀ ਹੈ ਨਾ, ਧੀ ਬੜੇ ਅਧਿਕਾਰ ਨਾਲ ਘਰ ਵਿੱਚ ਜਾਂਦੀ, ਆਪਣੀ ਕਿਚਨ ਵਿੱਚ ਬਣੇ ਹੋਈ, ਆਪ ਹੀ ਡਰੋ, ਆਪ ਹੀ ਅਲਮਾਰੀਆਂ ਖੋਲ ਸਕਦੀ, ਸੰਦੂਕ ਖੋਲ ਲੈਂਦੀ। ਜਿੱਦਣ ਮਾਂ ਨਾ ਰਵੇ ਉਦਣ ਧੀਆਂ ਪਾਉਂਦੀਆਂ ਤੇ ਜ਼ਰੂਰ ਨੇ ਲੱਖ ਭਰਾ ਭਰਜਾਈਆਂ ਪਿਆਰ ਕਰਨ। ਮੈਂ ਦੇਖਿਆ ਧੀਆਂ ਫਿਰ ਪ੍ਰਾਹੁਣਿਆਂ ਦੀਆਂ ਤਰ੍ਹਾਂ ਡਰਾਇੰਗ ਰੂਮ ਤੋਂ ਮੁੜ ਜਾਂਦੀਆਂ, ਹਿੰਮਤ ਨਹੀਂ ਕਿ ਕਿਚਨ ਵਿੱਚ ਆ ਪੜ੍ਹ। ਮਾਂ ਦੇ ਹੁੰਦਿਆਂ ਅੰਦਰ ਬੜਾ ਕੁਝ ਅਧਿਕਾਰ ਹੁੰਦਾ ਹੈ, ਧੀਆਂ ਮਾਂ ਪਿਓ ਦੇ ਹੁੰਦਿਆਂ ਅਧਿਕਾਰ ਵੱਧ ਹੁੰਦੇ ਨੇ, ਇਹ ਸੰਸਾਰੀ ਰਿਸ਼ਤੇ ਨੇ। ਸੱਚ ਹੈ ਜਦੋਂ ਕੋਈ ਬੰਦਾ ਬਹੁਤ ਜ਼ਿਆਦਾ ਦੁੱਖ ਵਿੱਚ ਨਜ਼ਰ ਆਏ ਉਹ ਕਹਿੰਦੇ ਨੇ ਬੜਾ ਦੁਖੀ ਬੈਠਾ, ਜਿਵੇਂ ਮਾਂ ਮਰ ਗਈ ਹੋਵੇ, ਦਾ ਮਤਲਬ ਸਭ ਤੋਂ ਵੱਡਾ ਦੁੱਖ ਦੁਨੀਆਂ ਦੇ ਮਾਂ ਦੇ ਜਾਣ ਦਾ ਹੁੰਦਾ। ਇਹ ਗੱਲ ਗੁਰਮਤ ਵਿੱਚ ਗੁਰੂ ਨੇ ਸਮਝਾਈ, ਹਾਂ ਸਿੱਖਾ ਸਰੀਰ ਕਰਕੇ ਜਾਣ ਦਾ ਦੁੱਖ ਤੇ ਹੈ, ਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ, ਕਿਉਂਕਿ ਇਸ ਧਰਤੀ ਤੇ ਕੋਈ ਫਿਰ ਨਹੀਂ। ਆਓ ਆਪਾਂ ਅਰਦਾਸ ਜੁੜਨਾ, ਜਿੰਨਾ ਚਿਰ ਹੁਣ 5-7 ਮਿੰਟ ਅਰਦਾਸ ਦਾ ਵਕਤ ਆਉਣਾ, ਤੁਹਾਨੂੰ ਬੇਨਤੀ ਹੈ ਪਲੀਜ਼ ਆਪਣੇ ਮੋਬਾਈਲ ਫੋਨ ਸਵਿੱਚ ਆਫ ਕਰ ਲਿਓ, ਘੱਟੋ ਘੱਟ ਸਾਡੀ ਸੁਰਤ 5-7 ਮਿੰਟ ਤੇ ਜੁੜਨੀ ਚਾਹੀਦੀ। ਇਹਦਾ ਭਾਵਾਰ ਇੱਕੋ ਹੀ ਹੈ, ਕੀਰਤਨ ਕਰਨਾ ਔਰ ਅਰਦਾਸ ਕਰਿਓ, ਇਹਦਾ ਗੁੱਸਾ ਵੀ ਕਰਿਓ, ਭੋਗ ਇੱਕ ਦਿਨ ਹਰ ਬੰਦੇ ਦਾ ਪ੍ਰਣ ਹੈ, ਅੰਦਰੋਂ ਅਰਦਾਸ ਕਰਿਓ, ਦਾਦਾ ਮੇਰੇ ਭੋਗ ਤੇ ਐਸੀਆਂ ਰੂਹਾਂ ਕੱਲਿਓ ਜਿਨ੍ਹਾਂ ਦੀ ਸਿੱਧੀ ਸੁਰਤ ਤੁਹਾਡੇ ਚਰਨਾਂ ਨਾਲ ਜੁੜੀ ਹੋਵੇ, ਕਿਉਂਕਿ ਜਦੋਂ ਜਾਮਣੀ ਪੈ ਜਾਂਦੀ ਹੈ ਬਹੁਤ ਸਾਰੇ ਹੁਕਮ ਕੱਟੇ ਜਾਂਦੇ ਨੇ। ਕਿੱਡਾ ਵੀ ਬੰਦਾ ਅਪਰਾਧੀ ਹੋਵੇ, 5 ਬੰਦਿਆਂ ਦੀ ਪੰਚਾਇਤ ਖਾਣੇ ਕਰਕੇ ਖਲੋ ਕੇ ਕਵੇ ਕਿ ਖੰਡਾ ਸਾਹਿਬ ਸਾਡੀ ਜਾਮਣੀ ਸਾਡੇ ਕਿਵੇਂ ਬਣੀ ਛੱਡ ਦਿਓ, ਉਹਨੂੰ ਛੱਡਣਾ ਪੈਂਦਾ ਹੈ। ਰੱਬ ਦੇ ਘਰ ਦੀ ਇਹ ਚੀਜ਼ ਵਰਤਦੀ ਹੈ, ਅਰਦਾਸ ਕੋਈ ਦਿਖਾਵਾ ਜਾਂ ਮੋਮੈਂਟੀ ਨਹੀਂ, ਆਪਾਂ ਜਿੱਤ ਜੋੜ ਕੇ ਅਰਦਾਸ ਨਾਲ ਜੁੜਨਾ। ਮਾਤਾ ਗੁਰਮੇਲ ਕੌਰ ਜੀ ਜੋ ਸਾਨੂੰ ਸਦੀਵੀ ਵਿਛੋੜਾ ਦੇ ਰਿਹਾ ਹੈ, ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਚਰਨਾਂ ਨੂੰ ਸਦੀਵੀ ਨਿਵਾਸ ਬਖਸ਼ਣ। ਔਰ ਬਹੁਤ ਹੀ ਪਿਆਰ ਅਤੇ ਸਤਿਕਾਰ ਵਾਲਾ ਪਰਿਵਾਰ ਹੈ ਔਰ ਪੂਰੇ ਇਲਾਕੇ ਵਿੱਚ ਇਹਨਾਂ ਦਾ ਮਾਣ ਹੈ, ਬਹੁਤ ਵੱਡੀ ਬੇਨਤੀ ਹੈ, ਚਾਹ ਪਹੁੰਚਿਓ, ਪਲੀਜ਼ ਆਪਣਾ ਮੋਬਾਈਲ ਫੋਨ ਸਾਰਿਆਂ ਨੂੰ ਸਵਿੱਚ ਆਫ ਕਰ ਲਿਓ।
ਭਗਵਤ ਦੀ ਹਾਜ਼ਰੀ ਲਾਉਣੀ ਭੁੱਲ ਚੁੱਕੀ ਕਿ ਮਤਲਬ ਸ੍ਰੀ ਜੀ ਆਓ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਉਪਰੰਤ ਅਰਦਾਸ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਧਿਆਨ ਧਰ ਕੇ ਖਾਲਸਾ ਜੀ।
Thank you.
ਕਰਿਆ ਤੇ
ਰਸਤੇ ਰਸਤੇ ਨਾਮੀ ਸਮਾਜ ਸੇਵੀ ਪ੍ਰਭਾਵ ਦੇ ਮਾਤਾ ਗੰਭੀਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ ਤੇ ਪੰਥ ਪ੍ਰਸਿੱਧ ਕਥਾਵਾਚਕ ਬਾਬਾ ਸਰਬਜੀਤ ਸਿੰਘ ਜੀ ਦੇ ਤਾਂ ਗੱਲ ਹੀ ਮੁਕਾ ਦਿੱਤੀ ਸੀ ਕਿ ਮੌਤ ਦਾ ਹੋਣਾ ਅਵਸ਼ ਠੀਕ ਹੈ ਕੋਈ ਜੋ ਵੀ ਜੀਵ ਇਸ ਸੰਸਾਰ ਤੇ ਆਉਂਦਾ ਸਭ ਦੇ ਚਲੇ ਜਾਣਾ ਭੁਲੇਖਾ ਤਾਂ ਕਿਸੇ ਨੂੰ ਹੈ ਨਹੀਂ ਕਿਉਂਕਿ ਸਤਿਯੁਗ ਦੇ ਅੰਦਰ ਇਸ ਧਰਤੀ ਤੇ ਪੈਦਾ ਹੋਏ ਭਗਵਾਨ ਵਿਸ਼ਨੂੰ ਮਹੇਸ਼ ਗਣੇਸ਼ ਤੇ ਉਹ ਵੀ ਇਸ ਸੰਸਾਰ ਤੋਂ ਚਲੇਗੇ ਜਿਹਨਾਂ ਦਾ ਕਿ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਇੱਕ ਸੰਸਾਰੀ ਇੱਕ ਪੰਡਾਲੀ ਕਿਰਾਏ ਦੇਵਾਂ ਤੇ ਯੋਧਾ ਯੁੱਗ ਦੇ ਅੰਦਰ ਚੌਦਾਂ ਕਲਾ ਸੰਪੂਰਨ ਭਗਵਾਨ ਰਾਮ ਇਹ ਮਨੁੱਖੀ ਜਾਮੇ ਜਾਏ ਸੰਸਾਰ ਤੇ ਡਿਊਟੀ ਕਰਕੇ ਪੂਰੀ ਉਹ ਵੀ ਚਲੇ ਦੁਆਪਰ ਯੁੱਗ ਦੇ ਅੰਦਰ ਸੋਲਾਂ ਕਲਾ ਸੰਪੂਰਨ ਭਗਵਾਨ ਕ੍ਰਿਸ਼ਨ ਆਏ ਤੇ ਉਹ ਵੀ ਇਹ ਸੰਸਾਰ ਤੋਂ ਚਲੇ ਗਏ ਸਤਯੁਗ ਦੇ ਅੰਦਰ ਬਾਬਾ ਨਾਨਕ ਜੀ ਤੋਂ ਲੈ ਕੇ ਦਸਾਂ ਗੁਰੂਆਂ ਦਾ ਰੂਪ ਅੰਜ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਵੀ ਆਏ ਉਹ ਵੀ ਇਸ ਜਗ ਤੇ ਆਪਣਾ ਖੇਲ ਕਰਕੇ ਚਲੇ ਗਏ ਉਹ ਵੀ ਜਾਂਦੇ ਇਸ ਲਈ ਰਹਿਣਾ ਕਿਸੇ ਦੇ ਬਣ ਜਿਹੜਾ ਇਨਸਾਨ ਜਿਹੜਾ ਪਰਿਵਾਰ ਜਗ ਤੇ ਚੰਗਾ ਕਰਕੇ ਜਾਂਦਾ ਮਰਨ ਤੋਂ ਬਾਅਦ ਵੀ ਉਹਦਾ ਨਾਂ ਰਹਿ ਜਾਂਦਾ ਜਿਹੜਾ ਕਿੱਡਾ ਵੀ ਧਨੀ ਹੋਵੇ ਕਿੱਡਾ ਵੀ ਬਾਦਸ਼ਾਹ ਹੋਵੇ ਕਿੱਡਾ ਵੀ ਵੱਡਾ ਲੀਡਰ ਹੋਵੇ ਜੇ ਮਾੜੀ ਕਰਕੇ ਜਾਂਦਾ ਮੌਤ ਤੋਂ ਫੌਰਨ ਬਾਅਦ ਉਹਦਾ ਨਾਂ ਖਤਮ ਹੋ ਜਾਂਦਾ ਇਸ ਲਈ ਜਿੰਨੀ ਵੀ ਸਾਰੀ ਸੰਗਤ ਇੱਥੇ ਆਈ ਹੈ ਬਹੁਤ ਬਹੁਤ ਪਰਿਵਾਰ ਵੱਲੋਂ ਇਸ ਗੱਲ ਦਾ ਧੰਨਵਾਦ ਹੈ ਮੈਂ ਪਿਆਰਾ ਸਿੰਘ ਅਨੰਦਪੁਰੀ ਨੂੰ ਬੇਨਤੀ ਕਰਦਾ ਵੀ ਜਿਹੜੇ ਕੁਛ ਮੁਖੀ ਸੱਜਣ ਆਏ ਨੇ ਉਹਨਾਂ ਦਾ ਜੋ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਨੇ ਪਰਿਵਾਰ ਨਾਲ ਉਹਨਾਂ ਦਾ ਦੋ ਮਿੰਟ ਨਾਂ ਲੈ ਕੇ ਤੇ ਫਿਰ ਸਭ ਤੋਂ ਬਾਅਦ ਸਾਡੇ ਮਾਨ ਯੋਗ ਸਾਧ ਸੰਤਾ ਸਿੰਘ ਜੀ ਮਿਹਰ ਕੋਈ ਉਹ ਸਾਰੀ ਸੰਗਤ ਦਾ ਧੰਨਵਾਦ ਕਰਨ ਤਾਂ ਜੀ ਕਰਨੇ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੰਨੀਆਂ ਸੰਗਤਾਂ ਮਾਤਾ ਗੁਰਮੇਲ ਕੌਰ ਦੇ ਸੋਗ ਸਮਾਗਮ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਈਆਂ ਨੇ ਸਾਰੇ ਪਰਿਵਾਰ ਵੱਲੋਂ ਸਰਦਾਰ ਅਵਤਾਰ ਸਿੰਘ ਜੀ ਲਾਲੀ ਦਲਜੀਤ ਸਿੰਘ ਜੀ ਬੱਗਾ ਗੁਰਦੀਪ ਸਿੰਘ ਜੀ ਕੋਲਾ ਪ੍ਰਦਾਨ ਰੱਖਦੀਆਂ ਔਰ ਪਰਮਿੰਦਰ ਸਿੰਘ ਤਿਜੜੀ ਦਵਿੰਦਰ ਸਿੰਘ ਗਾਚਾ ਨਾਲੇ ਕੈਨੇਡਾ ਤੋਂ ਸਾਡੇ ਪ੍ਰਦੀਪ ਸਿੰਘ ਹਰਾ ਗੋਰਖਾ ਜੀ ਔਰ ਇਸ ਗੁਰਦੁਆਰਾ ਦੇ ਪ੍ਰਧਾਨ ਬਲਜੀਤ ਸਿੰਘ ਹਰਾ ਔਰ ਉਹਨਾਂ ਦੇ ਨਾਲ ਸਾਡਾ ਸੁਦੇਵ ਸਿੰਘ ਜੀ ਹਰਾ ਜਗਤਾਰ ਸਿੰਘ ਸੋ ਸਾਰਾ ਜਿੱਥੇ ਇਸ ਪਰਿਵਾਰ ਨੂੰ ਮਾਤਾ ਦੇ ਜਾਣ ਦਾ ਵੱਡਾ ਦੁੱਖ ਹੋਇਆ ਉੱਥੇ ਸਾਡੀ ਭੈਣ ਅਮਰਿੰਦਰ ਕੌਰ ਗਈ ਕੈਨੇਡਾ ਤੋਂ ਫੋਨ ਤੇ ਮੈਨੂੰ ਲੱਗਦਾ ਆਪਣੀ ਮਾਂ ਨੂੰ ਇਹੀ ਆਖੀ ਹੋਣੀਆਂ ਮਾਂ ਮੁੜ ਕੇ ਮੈਂ ਪੇਕੇ ਆਉਣਾ ਆਪਣੀ ਪੇਕੇ ਹੁੰਦੇ ਮਾਵਾਂ ਨਾਲ ਸੋ ਇਸ ਪਰਿਵਾਰ ਦੇ ਨਾਲ ਤੁਸੀਂ ਜਿੰਨੀਆਂ ਵੀ ਸੰਗਤਾਂ ਆਈਆਂ ਸਭ ਨੇ ਦੁੱਖ ਸਾਂਝਾ ਕੀਤਾ ਤੇ ਸਮਾਂ ਬਹੁਤ ਘੱਟ ਲਾਉਣਾ ਕਿਉਂਕਿ ਪਹਿਲੇ ਮੈਨੂੰ ਬੇਨਤੀ ਕੀਤੀ ਗਈ ਕਿ ਘੱਟ ਸਮੇਂ ਦੇ ਵਿੱਚ ਹੀ ਆਪਾਂ ਗਰਮੀ ਬਹੁਤ ਜ਼ਿਆਦਾ ਆ ਸੋ ਬੁਲਾਰੇ ਵੀ ਸਾਡੇ ਤੋਂ ਥੋੜ੍ਹੇ ਨੇ ਥੋੜ੍ਹੇ ਸਮੇਂ ਦੇ ਵਿੱਚ ਹੀ ਅਸੀਂ ਇਹ ਜਿਹੜੀ ਹੈਗੀ ਕਾਰਵਾਈ ਸਮਾਪਤ ਕਰਨੀ ਹੈ ਸੋ ਬੇਨਤੀ ਕਰਾਂਗੇ ਕਿ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਮੰਦਰਾਂ ਵੱਲੋਂ ਗੁਰਦੁਆਰਿਆਂ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਸੋਗ ਸਮਾਗਮ ਮਤੇ ਆਏ ਆ ਸੋ ਸਾਡੇ ਸ਼ਿਵਾਲਾ ਮੰਦਰ ਸਾਹਨੇਵਾਲ ਤੋਂ ਉਹਨਾਂ ਵੱਲੋਂ ਵੀ ਖਾਲਸਾ ਮੰਦਰ ਆਨੰਦਪੁਰ ਤੋਂ ਉਹਨਾਂ ਵੱਲੋਂ ਵੀ ਸੋਗ ਮਤਾ ਆਇਆ ਬਾਬਾ ਬਾਲਕ ਨਾਥ ਮੰਦਰ ਆਨੰਦਪੁਰ ਤੋਂ ਉਹਨਾਂ ਵੱਲੋਂ ਵੀ ਗੁਰਦੁਆਰਾ ਪਟਨਾਮ ਦੇ ਉਹਨਾਂ ਵੱਲੋਂ ਵੀ ਸਾਡੇ ਮਹਿੰਦਰ ਸਿੰਘ ਪੂਨਾ ਸਾਹਿਬ ਦੇ ਕੇ ਗਏ ਨੇ ਉਹ ਅੰਬੇਦਕਰ ਕਲੱਬ ਸਾਹਨੇਵਾਲ ਉਹਨਾਂ ਵੱਲੋਂ ਵੀ ਸੋਗ ਸਮਾਗਮ ਸੋਗ ਮਤਾ ਆਇਆ ਸੋ ਹੋਰ ਵੀ ਬਹੁਤ ਸਾਰੇ ਰੇਵੂ ਸਾਹਿਬ ਸਪੋਰਟਸ ਕਲੱਬ ਵੱਲੋਂ ਵੀ ਸੋਗ ਮਤਾ ਆਇਆ ਸੋ ਬਹੁਤ ਸਾਰੇ ਜਿਹੜੇ ਸੱਜਣ ਨੇ ਸਾਡੇ ਉਹ ਹਾਜ਼ਰੀ ਵੀ ਲਵਾ ਕੇ ਗਏ ਨੇ ਉਹਨਾਂ ਦਾ ਅਸੀਂ ਨਾਮ ਜ਼ਰੂਰ ਲੈਣਾ ਚਾਹਾਂਗੇ ਜੋ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਏ ਨੇ ਜਿਹਨਾਂ ਦੇ ਵਿੱਚ ਸਤਵੰਤ ਸਿੰਘ ਜੀ ਸਿੱਧੂ ਸ਼ਹਿਰ ਇਸ ਵਕਤ ਫਿਰ ਆ ਗਏ ਨੇ ਦੁਬਾਰਾ
ਦੀ ਜਿਹੜੀ ਹੈਗੀ ਹਾਜ਼ਰੀ ਲਵਾ ਕੇ ਆਏ ਨੇ ਔਰ ਲਾ ਰਹੇ ਫਤਿਹ ਸਿੰਘ ਜੀ ਲਿਬੜਾ, ਬਲਜਿੰਦਰ ਸਿੰਘ ਜੀ ਝਾਜਰ ਔਰ ਬਲਦੀਪ ਸਿੰਘ ਜੀ ਰਿਟਾਇਰਡ ਐਸ ਪੀ, ਸੁਰਿੰਦਰਪਾਲ ਸਿੰਘ ਜੀ ਐਸ ਪੀ ਔਰ ਵਿਕਰਮਜੀਤ ਸਿੰਘ ਜੀ ਬਾਜਵਾ, ਇਹ ਜਿਹੜੇ ਨੇ ਹਾਜ਼ਰੀ ਲਵਾ ਕੇ ਗਏ ਨੇ। ਸੋ ਸਾਡੇ ਦਰਮਿਆਨ ਪਰਿਵਾਰ ਦੇ ਮੈਂਬਰ ਪਹੁੰਚੇ ਨੇ ਰਿਪਾਲ ਸਿੰਘ ਜੀ ਹਰਾ ਔਰ ਬਲਜਿੰਦਰ ਸਿੰਘ ਝਾਜਰ, ਸਾਬਕਾ ਸਰਪੰਚ ਟਿੱਬਾ ਟਰੱਕੀਅਨ ਪ੍ਰਧਾਨ ਅਮਰਿੰਦਰ ਸਿੰਘ ਜੀ ਮਲੀਤਾ, ਰਣਜੀਤ ਸਿੰਘ ਜੀ ਪ੍ਰਧਾਨ ਔਰ ਟੈਕਸੀ ਯੂਨੀਅਨ, ਜੋਗਿੰਦਰ ਸਿੰਘ ਜੀ ਪਟਵਾਰੀ, ਦਰਸ਼ਨ ਸਿੰਘ ਜੀ ਆਰੇਵਾਲਾ, ਜਸਦੀਪ ਸਿੰਘ ਜੀ ਜੱਜ ਉੱਪਲ ਔਰ ਪਰਮਿੰਦਰ ਸਿੰਘ ਜੀ ਭਮਾਨ ਚੇਅਰਮੈਨ ਸਾਹਿਬ। ਸੋ ਬੇਨਤੀ ਕਰਾਂਗੇ ਕਿ ਜਿੰਨਾ ਕੁ ਸਮਾਂ ਤੁਸੀਂ ਬੈਠੇ ਹੋ ਪਹਿਲਾਂ ਬੈਠ ਕੇ ਸੇਵਾ ਦਿੱਤੀ ਹੈ, ਥੋੜ੍ਹਾ ਸਮਾਂ ਹੋਰ, ਅਸੀਂ ਸਿਰਫ 5-7 ਮਿੰਟ ਹੀ, ਕਿਉਂਕਿ ਜ਼ਿਆਦਾ 10-15 ਬੁਲਾਰੇ ਨਹੀਂ ਬੁਲਾਉਣੇ, ਅਸੀਂ ਫਿਰ ਤੁਹਾਨੂੰ ਇਹੀ ਬੇਨਤੀ ਕਰਦੇ ਕਿ ਜਿੰਨਾ ਸਮਾਂ ਤੁਸੀਂ ਪਹਿਲਾਂ ਦਿੱਤਾ ਉਹਨਾਂ ਸਮਾਂ ਥੋੜ੍ਹਾ ਜਿਹਾ ਸਾਨੂੰ ਹੋਰ ਦਿਓ। ਔਰ ਗਰਮੀ ਬਹੁਤ ਆ, ਪਹਿਲੇ ਹੀ ਸਾਨੂੰ ਬੇਨਤੀ ਕੀਤੀ ਹੈ ਕਿ ਇੱਕ ਜਾਂ ਦੋ ਹੀ ਜਿਹੜੇ ਨੇ ਬੁਲਾਰੇ ਬਣਾਉਣੇ ਆ। ਔਰ ਨਾਲ ਹੀ ਸਾਡੇ ਦਲਜੀਤ ਸਿੰਘ ਜੀ ਮੂਲਾ, ਗੁਰਜੀਤ ਸਿੰਘ ਜੀ ਮਾਦਰੀ ਪ੍ਰਧਾਨ ਟਰੱਕ ਯੂਨੀਅਨ ਅਹਿਮਦਗੜ੍ਹ, ਅਮਰਜੀਤ ਸਿੰਘ ਜੀ ਪੀ ਏ ਡੀ ਐਫ ਸੀ, ਐਸ ਏ ਚਮਕੌਰ ਸਿੰਘ ਜੀ, ਕੁਲਜੀਤ ਸਿੰਘ ਜੀ, ਹਰਿੰਦਰ ਸਿੰਘ ਜੀ ਲਾਡਰਾਂ, ਹਾਂਜੀ ਕੁਲਦੀਪ ਸਿੰਘ ਜੀ ਡੀ ਐਸ ਪੀ, ਗੁਰਜੀਤ ਸਿੰਘ ਜੀ ਪਿੰਗਰਾ ਸਾਹਿਬ, ਜਸਵੀਰ ਸਿੰਘ ਜੀ ਐਸ ਐਚ ਓ, ਹਰਦੀਪ ਸਿੰਘ ਜੀ ਚੀਮਾ ਏ ਐਸ ਆਈ, ਕੁਲਦੀਪ ਸਿੰਘ ਜੀ ਔਰ ਸਮੂਹ ਠੇਕੇਦਾਰ ਲੁਧਿਆਣਾ, ਐਸੋਸੀਏਸ਼ਨ ਕਿਰਪਾਲ ਸਿੰਘ ਜੀ ਸੰਧੂ, ਟੋਲੀ ਪ੍ਰਧਾਨ ਸਰਪੰਚ ਬਲਿੰਦਰ ਸਿੰਘ ਜੀ ਸੈਨੀ ਧਰੌੜ, ਜਸਵਿੰਦਰ ਸਿੰਘ ਜੀ ਪੱਲਾ ਧਰੌੜ, ਐਲ ਡੀ ਪੀ ਸੀ ਮੈਂਬਰ ਹਰਪਾਲ ਸਿੰਘ ਜੀ ਜ਼ਿਲ੍ਹਾ, ਐਸ ਪ੍ਰਧਾਨ ਮੰਗਲੀ, ਅਵਤਾਰ ਸਿੰਘ ਜੀ, ਪ੍ਰਦੀਪ ਸਿੰਘ ਜੀ ਕਾਲਾ, ਨਾਲ ਹੀ ਗੁਰਬਾ ਸਿੰਘ ਜੀ ਕੁਕਰੀ, ਗੁਰਬਾ ਸਿੰਘ ਜੀ ਕੁਕਰੀ ਅਤੇ ਉਹਨਾਂ ਦੇ ਨਾਲ ਭਾਰਤ ਸੁਖਿੰਦਰ ਸਿੰਘ ਜੀ ਗਰੇਵਾਲ ਸਾਹਿਬ ਦਾ ਵੀ ਸੋਗ ਸਮਾਗ ਆਇਆ ਕਿ ਮੈਂ ਇਸੇ ਜ਼ਮੀਨ ਕਾਰਨ ਨਹੀਂ ਆ ਸਕਿਆ ਅਤੇ ਖਾਲੀ ਜ਼ਰੂਰ ਲਾ ਕੇ ਜਾਣਗੇ। ਔਰ ਗੁਰਜੀਤ ਸਿੰਘ ਜੀ ਸੰਗੀੜਾ, ਸੁਖਜੀਤ ਸਿੰਘ ਜੀ ਹਰਾ, ਸੁਰਿੰਦਰ ਸਿੰਘ ਜੀ ਬਲੀਵਾਲ, ਬਲਵਿੰਦਰ ਸਿੰਘ ਜੀ ਕਾਨਪੁਰ, ਇਕਬਾਲ ਸਿੰਘ ਜੀ ਨਰਵਾਹ, ਸੋਹ ਸਿੰਘ ਜੀ ਬੋਲਣਵਾਲ ਔਰ ਪਤਨੋ ਸਪੋਰਟਸ ਕਲੱਬ ਪਟਿਆਲਾ ਅਤੇ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਦੇ ਸਮੂਹ ਅਹੁਦੇਦਾਰ, ਇੱਥੇ ਮੌਕੇ ਦੇ ਰਣਜੀਤ ਸਿੰਘ ਜੀ ਗਿੱਲ ਚੇਅਰਮੈਨ ਸਾਹਿਬ, ਅੰਤਰਰਾਸ਼ਟਰੀ ਢਾਡੀ ਚੰਦ ਸਿੰਘ ਜੀ ਆਦਮੀ, ਉਹ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ, ਟਰੱਕ ਯੂਨੀਅਨ ਔਰ ਡੈਪੂ ਯੂਨੀਅਨ ਪ੍ਰਦੀਪ ਸਿੰਘ ਜੀ ਦੀਪਾ ਅਤੇ ਸਮੂਹ ਮੈਂਬਰ ਕਰਤਾਰ ਸਿੰਘ ਜੀ ਚਾਹਲ, ਪ੍ਰਧਾਨ ਟਰੱਕ ਯੂਨੀਅਨ ਸਮੂਹ ਫਤਿਹਗੜ੍ਹ। ਸੋ ਸਾਰਿਆਂ ਨੇ ਹਾਜ਼ਰੀ ਪਾਈ ਵਿਸ਼ੇਸ਼ ਤੌਰ 'ਤੇ ਕੇਸਰ ਸਿੰਘ ਜੀ ਪ੍ਰਧਾਨ, ਦੌਰਾਨ ਟਰੱਕ ਯੂਨੀਅਨ ਪ੍ਰਦੀਪ ਸਿੰਘ ਜੀ ਆਦਾ ਗਿੱਲ, ਸਮੂਹ ਅੰਬੇਡਕਰ ਯੂਨੀਅਨ ਮਹਿੰਦਰ ਸਿੰਘ ਜੀ, ਸਰਪੰਚ ਕਟਾਲੀ ਕਰਨ ਸਿੰਘ ਜੀ ਪ੍ਰੇਚ, ਐਸ ਐਸ ਸਰਪੰਚ ਪ੍ਰੇਚ ਗੁਰਦੀਪ ਸਿੰਘ ਜੀ, ਗੁਰਚਰਨ ਸਿੰਘ ਜੀ ਮਿੱਠਾਪੁਰ ਚੇਅਰਮੈਨ ਸਾਹਿਬ, ਉਹ ਵੀ ਹਾਜ਼ਰੀ ਵੱਧ ਗਏ ਨੇ, ਡੀਪੀ ਸਿੰਘ ਜੀ ਪ੍ਰਿੰਸੀਪਲ, ਸਮੂਹ ਸਟਾਫ ਸਾਹਨੇਵਾਲ, ਉਹਨਾਂ ਨੂੰ ਵੀ ਸੋਗਮਤ ਆਇਆ, ਸਾਹਨੇਵਾਲ ਸਕੂਲ ਤੋਂ ਵੀ ਸੋਗਮਤ ਆਇਆ, ਬਲਵਿੰਦਰ ਸਿੰਘ ਜੀ ਕਾਨ, ਪ੍ਰਵਾਸ ਸਿੰਘ ਜੀ ਕਾਨ ਜੀ ਪ੍ਰਧਾਨ ਨਗਰ ਪੰਚਾਇਤ ਸਾਹਨੇਵਾਲ, ਵੀ ਸਾਡੇ ਦਰਮਿਆਨ ਨੇ ਐਸ ਪ੍ਰਧਾਨ ਸੁਸ਼ੀਲ ਸਿੰਘ ਜੀ ਕਹਿੰਦੇ, ਸੁਖਦੇਵ ਸਿੰਘ ਜੀ ਸਰਪੰਚ ਬਾੜਾ, ਅਤੇ ਧੰਨਵਾਦ ਕੀਤਾ ਜਾਂਦਾ ਭੁਪਿੰਦਰ ਸਿੰਘ ਜੀ ਜੇਟੂ, ਉਜਾਗਰ ਸਿੰਘ ਜੀ, ਗੁਰਨਾਮ ਸਿੰਘ ਜੀ ਰਾਜਾ ਸਰਪੰਚ, ਮਨਕੀਤ ਸਿੰਘ ਜੀ ਦੇਵੀ, ਕੈਬਨਿਟ ਮੰਤਰੀ, ਸਾਬਕਾ ਕੈਬਨਿਟ ਮੰਤਰੀ ਪੰਜਾਬ ਮਨਾਲੀ ਮਨਕੀਤ ਸਿੰਘ ਗਿਰਮੀ, ਦੋਨੇ ਨਾਲ ਦਰੇਸ਼ ਕੁਮਾਰ ਜੀ, ਰੇਖੋ ਗੰਗ ਜੀ ਗਣਪਤ ਜੀ, ਔਰ ਪ੍ਰਦੀਪ ਸਿੰਘ ਜੀ, ਪਰਦਾਰ ਸਿੰਘ ਜੀ ਪੂਨਰ, ਔਰ ਸਤਪਾਲ ਸਿੰਘ ਜੀ ਮਾਨ, ਬਾਬਾ ਟੈਰ ਨੂੰ, ਉਹ ਵੀ ਸਾਡੇ ਦਰਮਿਆਨ ਪਹੁੰਚੇ ਹੋਏ ਨੇ, ਉਹਨਾਂ ਦਾ ਵੀ ਪਰਿਵਾਰ ਵੱਲੋਂ ਬਹੁਤ ਧੰਨਵਾਦ। ਰਣਜੀਤ ਸਿੰਘ ਜੀ ਸਰਪੰਚ ਨਾਨਪੁਰਾ, ਪਵਨ ਕੁਮਾਰ ਟੇਂਗੂ ਭਾਜਪਾ ਤੋਂ, ਨਰਭੈਰ ਸਿੰਘ ਜੀ, ਸਵਰਨ ਸਿੰਘ ਜੀ ਸੀਨੀਅਰ, ਸੰਤੂਰ ਸਿੰਘ ਜੀ ਸੀਨੀਅਰ ਸਿੰਘ ਜੀ ਜੰਤੂ, ਇਕਬਾਲ ਸਿੰਘ ਜੀ ਜਗਾਲੀ, ਕਬੱਡੀ ਕੋਚ ਹਰਬੰਸ ਸਿੰਘ ਜੀ, ਜਸਵਿੰਦਰ ਸਿੰਘ ਜੀ ਸੰਧੂ, ਕਾਂਗਰਸ ਦੇ ਯੂਥ ਆਗੂ ਪ੍ਰਧਾਨ ਮਨਿੰਦਰ ਸਿੰਘ ਜੀ, ਏ ਡੀ ਓ ਸਾਹਿਬ ਰਮੇਸ਼ ਕੁਮਾਰ ਪੱਪੂ, ਦਰਸ਼ਨ ਸਿੰਘ ਜੀ ਗਿਰਮੀ, ਉਹ ਵੀ ਸਾਡੇ ਦਰਮਿਆਨ ਨੇ, ਗੁਰਦੀਪ ਸਿੰਘ ਜੀ ਪਰਾਲਾ, ਗੁਰਬੰਸ ਸਿੰਘ ਕੋਟਲੀ, ਗੁਰਦੀਪ ਸਿੰਘ ਐਸ ਐਚ ਓ, ਕੁਲਦੀਪ ਸਿੰਘ ਜੀ ਕਾਂਗਰਸ ਸਾਹਿਬ, ਸਾਡੇ ਦਰਮਿਆਨ ਪਹੁੰਚੇ ਹੋਏ ਨੇ, ਐਸ ਐਚ ਓ ਕੁਲਦੀਪ ਸਿੰਘ ਜੀ ਪਹੁੰਚੇ ਹੋਏ ਨੇ, ਜਗਮੋਹਨ ਜਗਮੋਹਨ ਸਿੰਘ ਜੀ, ਔਰ ਬਹੁਤ ਸਾਰੀਆਂ ਮਾਨਯੋਗ ਸ਼ਖਸੀਅਤਾਂ ਪਹੁੰਚੀਆਂ ਨੇ, ਔਰ ਪਰਮਜੀਤ ਸਿੰਘ ਜੀ ਪਤੀ ਰਾਮਨਾਥ ਜੀ, ਸੋ ਸਾਰੇ ਪੱਤਰਕਾਰ ਭਾਈਚਾਰਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚਿਆ ਹੋਇਆ। ਸੋ ਅੰਤ ਦੇ ਵਿੱਚ ਗੁਰਚਾ ਪਾਉਣ ਰਹੇ ਉਹ ਵੀ ਲਗਭਗ, ਔਰ ਜਗੀਰ ਪਾਲਵੀਰ ਦੇ ਚੇਅਰਮੈਨ ਸਾਹਿਬ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ, ਬਹੁਤ ਵਧੀਆ ਸਾਹਿਬ ਚੇਅਰਮੈਨ ਸਾਹਿਬ, ਉਹ ਚੇਅਰਮੈਨ ਪਹੁੰਚੇ ਨੇ, ਸੋ ਸਭ ਦਾ ਪਰਿਵਾਰ ਵੱਲੋਂ ਕੋਟ ਕੋਟ ਧੰਨਵਾਦ ਕੀਤਾ ਜਾਂਦਾ ਹੈ ਦਾਦਾ ਭਾਈ ਬਾਬਾ ਜੀ ਦੇ ਤੌਰ 'ਤੇ। ਅੱਜ ਕੱਲ੍ਹ ਸਮਰਾਟ ਦੇ ਜਾਤ ਸਾਬਕਾ ਐਮ ਐਲ ਏ ਸਰਦਾਰ ਜਗਜੀਵਨ ਸਿੰਘ ਜੀ ਏਰੀਆ ਜੀ, ਉਹਨਾਂ ਦੇ ਨਾਲ ਸਮਰਾਲਾ ਨਗਰ ਪੰਚਾਇਤ ਦੇ ਪ੍ਰਧਾਨ ਦਾਦਾ ਮੰਗਲ ਰਾਏ ਜੀ, ਔਰ ਉਚੇਚਾ ਤੌਰ 'ਤੇ ਸਾਡਾ
ਪੰਜਾਬ ਦੀ ਸਭ ਤੋਂ ਵੱਡਾ ਨਗਰ ਨਿਗਮ ਲੁਧਿਆਣਾ, ਉਸ ਦੇ ਮੇਅਰ ਸਾਹਿਬ ਉਹ ਵੀ ਇੱਥੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਨੇ, ਔਰ ਸਾਬਕਾ ਚੇਅਰਮੈਨ ਮਾਜੀ ਮੇਟੀ ਸਾਹਨੇਵਾਲ ਜਸਵਿੰਦਰ ਸਿੰਘ ਸੰਧੂ ਤੇ ਜਸਵਿੰਦਰ ਸਿੰਘ ਜੀ ਬਰੀਏਵਾਲ ਤੇ ਮਾਛਵਾੜੇ ਤੋਂ ਸਾਬਕਾ ਚੇਅਰਮੈਨ ਸਾਡੇ ਪਿੱਛੇ ਪੁੱਗੀ ਤੇ ਉਹ ਭਾਰਤੀ ਜਨਤਾ ਪਾਰਟੀ ਸਾਰੀ ਵੱਲੋਂ ਸਾਡੇ ਪਵਨ ਕੁਮਾਰ ਟਿੰਕੂ ਜੀ ਉਹ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰ ਆ ਰਹੇ ਨੇ, ਉਹਨਾਂ ਦਾ ਵੀ ਬਹੁਤ ਧੰਨਵਾਦ। ਕੱਲ ਵੀ ਤੇ ਇੱਕ ਦਿਨ ਅੱਗੇ ਵੀ ਸਾਡੇ ਮਾਨਯੋਗ ਮੰਤਰੀ ਸਾਹਿਬ ਸ਼ਾਸਤਰੀ ਸਿੰਘ ਜੀ ਢਿੱਲੋਂ ਉਹ ਇਸ ਪਰਿਵਾਰ ਨਾਲ ਬੈਠ ਕੇ ਦੁੱਖ ਸਾਂਝਾ ਕਰਕੇ ਆਏ ਤੇ ਗਏ ਨੇ ਤੇ ਅੱਜ ਆਉਣਾ ਸੀਗਾ ਤੇ ਉਹਨਾਂ ਦੇ ਭਰਾ ਸਰਦਾਰ ਅਜਮੇਰ ਸਿੰਘ ਜੀ ਭਾਰਤ ਦਾ ਜੋ ਸਾਬਕਾ ਚੇਅਰਮੈਨ ਮੇਰੇ ਨਾਲ ਲੁਧਿਆਣੇ ਦੇ ਆਏ ਨੇ। ਅੰਤ ਵਿੱਚ ਮੈਂ ਬੇਨਤੀ ਕਰਨਾ ਪਰਿਵਾਰ ਵੱਲੋਂ ਸਾਰੀ ਆਏ ਹੋਈ ਸੰਗਤ ਦਾ, ਪ੍ਰਧਾਨਮੰਤਰੀ ਸੱਜਣਾ ਦਾ, ਲੀਡਰ ਸਾਹਿਬਾਨ ਦਾ ਤੇ ਉੱਚੇ ਚੌਥੇ ਧੰਨਵਾਦ ਕਰਨਗੇ ਸਰਦਾਰ ਸੰਤਾ ਸਿੰਘ ਜੀ ਮੈਨਪੁਰੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ। ਵਾਹਿਗੁਰੂ ਜੀ ਕਾ ਖਾਲਸਾ,